ਤਾਂ ਜਸਤਾਰ ਸਿੰਘ ਹੁਣਾਂ ਦਾ ਕਮੈਂਟ ਆਇਆ ਕਿ ਏਡੀਜੀਪੀ ਢਿੱਲੋਂ ਸਾਹਿਬ ਕਹਿੰਦੇ ਕਾਂਗਰਸ ਸ਼ਾਮਲ ਹੋ ਗਏ। ਉਹ ਵੇਖੋ, ਏਡੀਜੀਪੀ ਢਿੱਲੋਂ ਤੇ ਪਹਿਲਾਂ ਹੀ ਦੇ ਗਏ ਸਨ ਥੋੜਾ ਜਿਹਾ ਹਿੰਟ। ਕਹਿੰਦੇ ਜੀ, ਉਹ ਕਿਸੇ ਨੇ ਪੁੱਛਿਆ ਕਿ ਕਿਵੇਂ ਰਾਜਨੀਤੀ 'ਚ ਜਾਣਾ, ਕੀ ਖਿਆਲ ਆ? ਕਹਿੰਦੇ ਜੀ, ਮੇਰੀ ਨਾ ਫੈਮਿਲੀ ਫੈਮਿਲੀ ਦੱਸੂਗੀ ਮਾੜਾ, ਆਪਾਂ ਨੂੰ ਪਤਾ ਨਹੀਂ, ਉਹ ਪਤਾ ਕਰਕੇ ਉਹ ਉੱਥੇ ਦੱਸਣਾ ਪੈਣਾ ਵੀ ਬੰਦਾ ਪੁੱਛੇ ਵੀ ਯਾਰ ਤੁਸੀਂ ਲਈ ਰਾਜਨੀਤੀ ਤੁਸੀਂ ਕਰਨੀ ਆ। ਅਤੇ ਫੈਸਲਾ ਕਮਾਲ ਹੋ ਗਿਆ ਕਿ ਫੈਮਿਲੀ ਤੋਂ ਪੁੱਛੋ ਜਾ ਕੇ, ਜੀ ਫੈਮਿਲੀ ਨੇ ਫਿਰ ਫੈਸਲਾ ਲੈ ਲਿਆ। ਉਹਨੇ ਆਖਿਆ ਕਿ ਚਾਹ ਭਾਈ ਰਾਜਨੀਤੀ ਕਰ, ਫਿਰ ਤੈਨੂੰ ਇੱਥੇ ਰੋਟੀਆਂ ਹੀ ਜ਼ਰੂਰ ਖਵਾਉਣੀਆਂ ਵੇਲੇ ਕਿ ਨਾਲ ਚੜਿਆ ਫਿਰ ਕਈਆਂ ਨੇ, ਉਹ ਕਾਂਗਰਸ ਜੁਆਇਨ ਕਰ ਗਏ ਨੇ। ਅੱਛਾ, ਉਹਨਾਂ ਦਾ ਪਿੰਡ, ਮੈਂ ਇੱਕ ਪੋਸਟ ਪੜ੍ਹ ਰਿਹਾ ਸੀ ਕਿ ਦੱਸਿਆ ਜਾ ਰਿਹਾ ਸੀ ਕਿ ਫਿਰੋਜ਼ਪੁਰ ਤੋਂ ਟਿਕਟ ਮਿਲ ਜਾਏਗੀ। ਹਾਂ, ਚਰਚਾ ਤਾਂ ਇਹੀ ਹੋ ਰਹੀ ਆ। ਫਿਰੋਜ਼ਪੁਰ ਤੋਂ ਟਿਕਟ ਦਾ ਮੈਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਦੇ ਨਾਲ ਬਈ ਕੀ ਚੱਕਰ ਆ। ਉਹ ਤਾਂ ਗੁਰਦਾਸਪੁਰ ਦੇ ਨੇ, ਕੋਟ ਇੱਥੋਂ ਹੀ ਕੀਤੇ ਜਾ ਰਹੇ ਆ ਜੀ। ਨਹੀਂ 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 ਹਜ਼ੂਰ, ਗੁਰਦਾਸਪੁਰ ਦੇ ਵਿੱਚ ਵੀ ਇੱਕ ਪਿੰਡ ਮੂਲਿਆਂ ਵਾਲੀ ਆ, ਜੀ ਇੱਕ ਪਿੰਡ ਮੂਲਿਆਂ ਵਾਲੀ ਆ ਇੱਧਰ ਆ ਫਿਰੋਜ਼ਪੁਰ ਹਲਕੇ 'ਚ। ਜਦੋਂ ਆਪਾਂ ਮਲੋਟ ਤੋਂ ਫਾਜ਼ਿਲਕਾ ਨੂੰ ਜਾਈਏ, ਪੰਨੀ ਵਾਲਾ, ਟਿੱਪਾਂ ਵਾਲਾ ਅਤੇ ਨਾਲ ਮੂਲਿਆਂ ਵਾਲੀ, ਅਰਨੀ ਵਾਲੇ ਤੁਰਲੇ ਪਾਸੇ, ਬਿਲਕੁਲ ਜੀ, ਇਹ ਮੂਲਿਆਂ ਵਾਲੀ ਨਹੀਂ ਹੈ ਪਿੰਡ ਜਿੰਨੀ ਕੋਈ ਮੈਨੂੰ ਜਾਣਕਾਰੀ ਆ। ਇਸ ਪਿੰਡ ਦਾ IPS ਮੈਂ ਤਾਂ ਸੁਣਿਆ ਨਹੀਂ, ਕਿਉਂਕਿ ਮੇਰਾ ਬਹੁਤ ਵਾਸਤਾ ਰਿਹਾ ਉੱਥੇ, ਖੇਡਦੇ ਖੁੱਡਦੇ ਰਹੇ ਅਸੀਂ ਇਕੱਠੇ ਉਸ ਪਿੰਡ ਦੇ ਮੁੰਡਿਆਂ ਨਾਲ, ਜੀ ਉਸ ਟੀਮ 'ਚ ਵੀ ਖੇਡਦਾ ਰਿਹਾ ਮੈਂ ਥੋੜ੍ਹੇ ਸਮੇਂ ਲਈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਮੈਂ ਮੂਲਿਆਂ ਵਾਲੀ ਤਾਂ ਨਹੀਂ ਹੈ, ਘੱਟੋ ਘੱਟ ਇੱਥੋਂ ਦਾ ਤਾਂ ਨਹੀਂ ਮੰਨਦਾ। ਹਾਂ, ਇਹ ਹੈ ਕਿ ਗੁਰਦਾਸਪੁਰ ਤੋਂ ਲਿਆ ਕੇ ਫਿਰੋਜ਼ਪੁਰ 'ਚ ਜੇ ਉਤਾਰ ਦੇਣ ਤਾਂ ਬਾਈ ਉਤਾਰ ਦੇਣ, ਹੁਣ ਆਪਾਂ ਤਾਂ ਡਾਂਗ ਮਾਰਨੋਂ ਰਹੇ, ਇਹ ਤਾਂ ਉਹਨਾਂ ਦਾ ਫੈਸਲਾ। ਪਰ ਬਹੁਤ ਮੁਸ਼ਕਿਲ ਹੈ ਕਿ ਕੋਈ ਜੇ ਗੁਰਦਾਸਪੁਰ ਨਾਲ ਤਾਲੁਕ ਰੱਖਦਾ ਹੈ ਤਾਂ ਉਹਨੂੰ ਫਿਰੋਜ਼ਪੁਰ 'ਚ ਆ ਕੇ ਲੜਾਓ, ਬੜਾ ਕਹਿ ਲਓ ਕਿ ਮਾਇਨਾ ਖੇਸ ਜਿਹਾ ਹੋ ਜਾਂਦਾ। ਮੂਲਿਆਂ ਵਾਲੀ ਮੈਨੂੰ ਲੱਗਦਾ ਕਿ ਉਹ ਕਿਤੇ ਨਾ ਆਪਸ ਦੇ ਵਿੱਚ ਉਹ ਕੰਮ ਜਿਹੜਾ ਉਹ ਕਨਫਿਊਜ਼ ਕਰ ਗਿਆ, ਟਕਰਾ ਰਿਹਾ ਜੀ ਉਹ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਪਰ ਜਦੋਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਸੀ, ਉਹ ਡਿਊਟੀ ਲੱਗੀ ਸੀ ਇਹਨਾਂ ਦੀ, ਉਦੋਂ ਜੀ ਰਾਹੁਲ ਗਾਂਧੀ ਨਾਲ ਹੁੰਦੇ ਸੀ, ਮਤਲਬ ਉਦੋਂ ਯਾਰੀ ਚੂਰੀ ਪੈ ਗਈ ਇਹਨਾਂ ਦੀ। ਹੋ ਸਕਦਾ ਉਹ ਤੇ ਮਤਲਬ ਕਿ ਇਹਨਾਂ ਨੂੰ ਤੇ ਉਹ ਜਿਵੇਂ ਕਹਿ ਲਓ ਕਿ ਉਹ ਇੱਕ ਲੀਡਰ ਕਹਿ ਰਿਹਾ ਸੀ, ਕਹਿੰਦਾ ਯਾਰ ਜੇ ਮੈਂ ਹੁਣ ਮੈਂ ਕੀ ਕਰਾਂ, ਕਹਿੰਦਾ ਅੱਜ ਕੱਲ੍ਹ ਬੰਦਿਆਂ ਦਾ ਕੋਈ ਦੀਨ ਮਾਨ ਹੈ, ਜੇ ਮੈਂ ਕਿਸੇ ਨੂੰ ਗੱਡੀ 'ਚ ਨਹੀਂ ਪਾਉਂਦਾ ਅਗਲਾ ਦਲ ਬਦਲੀ ਕਰ ਜਾਂਦਾ। ਅਤੇ ਗੱਲ ਇਹ ਹੈ ਕਿ ਗੱਡੀ 'ਚ ਅਗਲਾ ਬਹਿੰਦਾ ਹੀ ਇਸ ਕਰਕੇ ਹੈ ਕਿ ਗੋਟੀ ਫਿੱਟ ਹੋ ਜਾਵੇ। ਬਿਲਕੁਲ ਜੀ, ਇਹ ਵੀ ਤਾਂ ਪੰਗਾ ਨਾ ਹੋ ਸਕਦਾ ਕਿ ਰਾਹੁਲ ਗਾਂਧੀ, ਹੁਣ ਸਿਆਸਤਦਾਨਾਂ ਦੀ ਅੱਖ ਬੜੀ ਤੇਜ਼ ਹੁੰਦੀ, ਉਹਨਾਂ ਨੇ ਕਿਤੇ ਪਛਾਣ ਲਿਆ ਹੋਵੇ ਕਿ ਇਹੀ ਤਾਂ ਅਨਮੋਲ ਹੀਰਾ ਜਿਹਦੀ ਤਲਾਸ਼ 'ਚ ਮੈਂ ਦਰ ਬਦਰ ਹਾਂ, ਤਾਂ ਕਿਹਾ ਹੋਵੇ ਕਿ ਆਓ ਸੱਜਣ। ਇਹ ਤਾਂ ਕਾਂਗਰਸ ਹੋਵੇ, ਭਾਜਪਾ ਹੋਵੇ, ਦਸਤੂਰ ਹੈ ਜੀ। ਅਵੈਦ ਸਾਹਿਬ ਕੌਣ ਸਨ, ਭੱਟੀ ਸਾਹਿਬ ਕੌਣ ਸਨ, ਦਰਬਾਰਾ ਸਿੰਘ ਗੁਰੂ ਕੌਣ ਸਨ, ਉੱਧਰੋਂ ਤੁਸੀਂ ਉਹ ਵੇਖ ਲਓ ਕਿਆ ਜਿਹੜੇ ਦੋ ਚੁਣਾਵ ਕਮਿਸ਼ਨ ਦੇ ਵਿੱਚ, ਚੁਣਾਵ ਕਮਿਸ਼ਨ ਦੇ ਵਿੱਚ ਜਿਹੜੇ ਦੋ ਲਾਏ ਆ ਉਹ ਕਿੱਥੋਂ ਆਏ ਨੇ ਜੀ? ਪਹਿਲਾਂ ਜਿਹੜਾ ਅਸਤੀਫਾ ਦੇ ਕੇ ਗਿਆ ਉਹ ਕਿੱਥੋਂ ਆਇਆ ਸੀ? VSR ਤੋਂ ਅਗਲੇ ਦਿਨ ਕੁਰਸੀ ਕੁਰਸੀ, ਮਤਲਬ ਕਿ ਇਹ ਤਾਂ ਦਸਤੂਰ ਹੈ ਭਾਰਤੀ ਪੋਲੀਟਿਕਸ ਦਾ, ਯਾਨੀ ਪਹਿਲਾਂ ਹੀ ਅੱਟਾ ਸੱਟਾ ਲੱਗ ਜਾਂਦਾ ਤਾਂ ਫਿਰ ਉਹ ਤੋਂ ਬਾਅਦ। ਬਿਲਕੁਲ ਜੀ।